ਹਾਂਜੀ, ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਸਵਾਗਤ ਹੈ ਜੀ ਸਾਡੇ YouTube ਚੈਨਲ ਹਰੀਕਾ ਜੋਬ ਅਲਰਟ ਤੇ। ਦੋਸਤੋ, ਜੇਕਰ ਤੁਸੀਂ ਚੈਨਲ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਦਬਾ ਲਓ ਹਰ ਨਵੀਂ ਅਪਡੇਟ ਦੇ ਲਈ। ਦੋਸਤੋ, ਅੱਜ ਦੀ ਅਪਡੇਟ ਤੁਹਾਡੇ ਲਈ ਲੈ ਕੇ ਆਏ ਗੁਰਦਾਸਪੁਰ ਸੈਸ਼ਨ ਕੋਰਟ ਵੱਲੋਂ। ਗੁਰਦਾਸਪੁਰ ਕੋਰਟ ਵੱਲੋਂ PN ਦੀ ਪੋਸਟ ਦੇ ਲਈ ਇੰਟਰਵਿਊ ਲਏ ਗਏ ਸੀ। PN ਦੀ ਭਰਤੀ ਆਈ ਸੀ, 8 ਪੋਸਟਾਂ ਸੀਗੀਆਂ PN ਦੀਆਂ, ਜਿਨ੍ਹਾਂ ਦਾ ਇੰਟਰਵਿਊ 29 ਜਨਵਰੀ, 30 ਜਨਵਰੀ, 31 ਜਨਵਰੀ, 1 ਫਰਵਰੀ ਤੇ 2 ਫਰਵਰੀ ਤੱਕ ਇੰਟਰਵਿਊ ਦੇ ਚੱਲੇ ਸੀਗੇ। ਤੇ ਹੁਣ ਕੈਂਡੀਡੇਟ ਜਿਹੜੇ ਸਕਸੈਸਫੁਲ ਕੈਂਡੀਡੇਟ ਜਿਹੜੇ PN ਦੀ ਇੰਟਰਵਿਊ ਦੇ ਵਿੱਚ ਪਾਏ ਗਏ, ਉਹਨਾਂ ਦੀ ਲਿਸਟ ਜਾਰੀ ਕੀਤੀ ਗਈ ਆ। ਤੇ ਇਹਦੇ ਵਿੱਚ 8 ਕੈਂਡੀਡੇਟ ਜਨਰਲ ਕੈਟਾਗਰੀ ਦੇ ਜਿਹੜੇ ਸ਼ਾਰਟਲਿਸਟ ਕੀਤੇ ਗਏ ਆ, ਠੀਕ ਹੈ ਜੀ। ਤੇ ਇਹਦੇ ਵਿੱਚ BC ਕੈਟਾਗਰੀ ਦੇ 4 ਕੈਂਡੀਡੇਟ ਸ਼ਾਰਟਲਿਸਟ ਕੀਤੇ ਗਏ ਆ। ਇਸ ਤੋਂ ਇਲਾਵਾ ਫਿਜ਼ੀਕਲ ਹੈਂਡੀਕੈਪ ਦਾ 1 ਕੈਂਡੀਡੇਟ ਸ਼ਾਰਟਲਿਸਟ ਕੀਤਾ, ਇਹ ਤੁਸੀਂ ਸਿਲੈਕਟ ਹੀ ਸਮਝੋ ਕਿਉਂਕਿ 1 ਕੈਂਡੀਡੇਟ ਹੈਗਾ। ਉਸ ਤੋਂ ਬਾਅਦ ਜੀ ਇਹ ਐਕਸ ਸਰਵਿਸਮੈਨ ਕੈਟਾਗਰੀ ESM ਜਨਰਲ ਕੈਟਾਗਰੀ ਦੇ 3 ਕੈਂਡੀਡੇਟ ਇਹਨੇ ਸ਼ਾਰਟਲਿਸਟ ਕੀਤੇ ਆ, ਤੇ ਫਰੀਡਮ ਫਾਈਟਰ ਕੈਟਾਗਰੀ ਦਾ 1 ਕੈਂਡੀਡੇਟ ਸ਼ਾਰਟਲਿਸਟ ਕੀਤਾ। ਡਿਸਟ੍ਰਿਕਟ ਐਂਡ ਸੈਸ਼ਨ ਜੱਜ ਗੁਰਦਾਸਪੁਰ ਵੱਲੋਂ ਇਹ ਲਿਸਟ ਜਾਰੀ ਕੀਤੀ ਗਈ ਆ। ਤੇ ਇਹਦੇ ਵਿੱਚ ਹੁਣ ਆਪਾਂ ਚੈੱਕ ਕਰ ਲੈਂਦੇ ਹਾਂ ਪੋਸਟਾਂ ਕਿੰਨੀਆਂ ਸੀ ਗੁਰਦਾਸਪੁਰ ਸੈਸ਼ਨ ਕੋਡ PN ਦੀਆਂ, ਠੀਕ ਹੈ ਜੀ। PN ਦੀ ਗੱਲ ਹੋ ਰਹੀ ਆ ਓਨਲੀ, ਤੇ ਇਹਦੇ ਵਿੱਚ ਦੋਸਤੋ PN ਦੀਆਂ 8 ਪੋਸਟਾਂ ਸੀਗੀਆਂ ਗੁਰਦਾਸਪੁਰ ਸੈਸ਼ਨ ਕੋਡ ਦੇ ਵਿੱਚ, ਤੇ ਇਹਦੇ ਵਿੱਚ 3 ਪੋਸਟਾਂ ਸੀ ਜਨਰਲ ਕੈਟਾਗਰੀ ਦੀਆਂ, ਤੇ ਇਹਨਾਂ ਨੇ ਸ਼ਾਰਟਲਿਸਟ ਕੀਤੇ ਆ ਜੀ 8 ਕੈਂਡੀਡੇਟ। ਤਾਂ ਇਹਦੇ 'ਚ ਆਪਾਂ ਇਹ ਮੰਨ ਕੇ ਚੱਲੀਏ ਵੀ ਜਿਹੜੇ ਉੱਪਰ ਵਾਲੇ 3 ਕੈਂਡੀਡੇਟ ਆ ਉਹ ਫਿਲਹਾਲ ਦੇ ਲਈ ਸਿਲੈਕਟਡ ਹੋਣਗੇ, ਠੀਕ ਹੈ। ਤੇ ਹਾਲਾਂਕਿ ਇਹਦੇ ਵਿੱਚ ਤੁਸੀਂ ਦੇਖੋਗੇ ਵੀ ਰੋਲ ਨੰਬਰ ਅੱਗੇ ਪਿੱਛੇ ਲਿਖਿਆ, ਅੱਗੇ ਪਿੱਛੇ ਮਤਲਬ ਇਹ ਆ ਵੀ ਕੋਈ ਇਹ ਤਾਂ ਹੈ ਨਹੀਂ ਵੀ ਰੋਲ ਨੰਬਰ ਵਾਈਜ਼ ਲਿਸਟ ਆ ਜਾਂ ਜੋ ਵੀ ਆ। ਜਿਵੇਂ ਤੁਸੀਂ ਦੇਖੋ 1114 ਪਹਿਲਾਂ, 191 ਪਿੱਛੇ ਆ, ਤਾਂ ਓਬੀਅਸ ਜੀ ਗੱਲ ਆ ਕੋਈ ਨੇਮ ਵਾਈਜ਼ ਵੀ ਲਿਸਟ ਹੈ ਨਹੀਂ ਇਹ, ਤਾਂ ਓਬੀਅਸ ਜੀ ਗੱਲ ਆ ਵੀ ਪਹਿਲੇ 3 ਕੈਂਡੀਡੇਟ ਜਿਹੜੇ ਸਿਲੈਕਟਡ ਕੈਂਡੀਡੇਟ ਆ ਇਹ ਮੇਰਾ ਖਿਆਲ ਆ ਵੇਟਿੰਗ ਲਈ ਰੱਖ ਲਏ ਹੋਣੇ ਆ, ਜਿਹੜੇ ਲਾਸਟ ਵਾਲੇ 5 ਕੈਂਡੀਡੇਟ ਆ, ਤਾਂ ਕਿ ਕੋਈ ਜੇ ਛੱਡ ਕੇ ਜਾਂਦਾ ਕੱਲ੍ਹ ਨੂੰ ਕੈਂਡੀਡੇਟ ਤਾਂ ਉਹ ਜਿਹੜੀ ਸੀਟ ਨੈਕਸਟ ਕੈਂਡੀਡੇਟ ਨੂੰ ਦਿੱਤੀ ਜਾ ਸਕੇ। ਉਸ ਤੋਂ ਬਾਅਦ ਜੀ BC ਕੈਟਾਗਰੀ ਦੇ ਵਿੱਚ 4 ਕੈਂਡੀਡੇਟ ਸ਼ਾਰਟਲਿਸਟ ਕੀਤੇ ਆ, ਤੇ BC ਦੀ 1 ਪੋਸਟ ਆ ਜੀ। ਤਾਂ BC ਦੇ ਲਈ ਆਪਾਂ ਮੰਨੀਏ ਕਿ ਜਿਹੜਾ ਉੱਪਰ ਵਾਲਾ ਕੈਂਡੀਡੇਟ ਆ ਬ੍ਰਿਜਮੋਹਨ ਸਨ ਆਫ ਸ਼ਿਵਰਾਮ, ਇਹ ਕੈਂਡੀਡੇਟ ਸਿਲੈਕਟਡ ਆ, ਤੇ ਇਹ ਜਿਹੜੇ ਵੇਟਿੰਗ ਵਾਲੇ ਆ BC ਦੇ 3 ਕੈਂਡੀਡੇਟ। ਉਸ ਤੋਂ ਬਾਅਦ ਜੀ ਨੈਕਸਟ ਫਿਜ਼ੀਕਲੀ ਹੈਂਡੀਕੈਪਡ HH ਦੇ ਵਿੱਚ 1 ਕੈਂਡੀਡੇਟ ਇਹਨਾਂ ਨੇ ਸਿਲੈਕਟ ਕੀਤਾ, ਤਾਂ 1 ਹੀ ਪੋਸਟ ਹੈ ਫਿਜ਼ੀਕਲੀ ਹੈਂਡੀਕੈਪ ਦੀ, ਤਾਂ ਇਹ ਕੈਂਡੀਡੇਟ ਪਿਓਰਲੀ ਜਿਹੜਾ ਸਿਲੈਕਟਡ ਆ ਅਜੇ ਪ੍ਰਤਾਪ ਸਿੰਘ। ਉਸ ਤੋਂ ਬਾਅਦ ਜੀ ਐਕਸ ਸਰਵਿਸਮੈਨ ਜਨਰਲ ਕੈਟਾਗਰੀ 'ਚ 3 ਕੈਂਡੀਡੇਟ ਸ਼ਾਰਟਲਿਸਟ ਕੀਤੇ ਆ, ਤੇ ਦੈਨ ਐਕਸ ਸਰਵਿਸਮੈਨ ਜਨਰਲ ਦੀਆਂ 2 ਸੀਟਸ ਆ, ਤਾਂ ਇਹ ਉੱਪਰ ਵਾਲੇ 2 ਕੈਂਡੀਡੇਟ ਜਿਹੜੇ ਸਿਲੈਕਟਡ ਕੈਂਡੀਡੇਟ ਆ ਐਕਸ ਸਰਵਿਸਮੈਨ ਜਨਰਲ ਦੇ ਵਿੱਚ, ਤੇ ਇਹ ਜਿਹੜੇ ਵੇਟਿੰਗ 'ਚ ਹੋਣੇ ਜਗਤਾਰ ਸਿੰਘ। ਨੈਕਸਟ ਉਸ ਤੋਂ ਫਰੀਡਮ ਫਾਈਟਰ ਦੀ 1 ਪੋਸਟ ਸੀਗੀ, ਤਾਂ ਫਰੀਡਮ ਫਾਈਟਰ ਦੇ ਲਈ ਵੀ 1 ਕੈਂਡੀਡੇਟ ਸਿਲੈਕਟ ਕਰ ਲਿਆ ਗਿਆ, ਠੀਕ ਹੈ ਜੀ। ਤਾਂ ਬਹੁਤ ਬਹੁਤ ਮੁਬਾਰਕਾਂ ਜਿਨ੍ਹਾਂ ਦਾ ਨਾਮ ਆਇਆ, ਤੇ ਜੇ ਤੁਹਾਡਾ ਵੀ ਨਾਮ ਆਇਆ ਤੁਸੀਂ ਇਹ ਵੀਡੀਓ ਵੀ ਦੇਖ ਰਹੇ ਹੋ, ਤੇ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ, ਤਾਂ ਕਿ ਬਾਕੀ ਕੈਂਡੀਡੇਟਸ ਨੂੰ ਵੀ ਪਤਾ ਚੱਲ ਸਕੇ ਵੀ ਸਿਲੈਕਸ਼ਨ ਹੋਈ ਆ ਜਾਂ ਨਹੀਂ ਹੋਈ, ਹੈ ਨਾ, ਜੋ ਵੀ ਸਿਸਟਮ ਹੈ, ਤਾਂ ਕਮੈਂਟ ਕਰਕੇ ਜ਼ਰੂਰ ਦੱਸੋ। ਤੇ ਬਾਕੀ ਤੁਸੀਂ ਜੇਕਰ ਇੰਟਰਵਿਊ ਵੀ ਇਹ ਦੇ ਕੇ ਆਏ ਹੋ ਗੁਰਦਾਸਪੁਰ ਸੈਸ਼ਨ ਕੋਡ PN ਦਾ, ਤਾਂ ਤੁਹਾਡਾ ਐਕਸਪੀਰੀਅੰਸ ਕੀ ਸੀਗਾ, ਕਿੱਦਾਂ ਦੇ ਤੁਹਾਡੇ ਕੁਐਸਚਨ ਪੁੱਛੇਗੇ, ਉਹ ਚੀਜ਼ਾਂ ਵੀ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਡਿਸਕਸ ਕਰੋ, ਠੀਕ ਹੈ ਜੀ। ਤਾਂ ਇਹ ਜ਼ਰੂਰੀ ਹੁੰਦੀਆਂ ਚੀਜ਼ਾਂ, ਕਿਉਂਕਿ ਇਹਦੇ ਨਾਲ ਬਾਕੀ ਕੈਂਡੀਡੇਟਸ ਨੂੰ ਵੀ ਪਤਾ ਚੱਲ ਜਾਂਦਾ, ਤਾਂ ਇਹ ਚੀਜ਼ ਵਧੀਆ ਰਹਿੰਦੀ ਹੈ ਜਦੋਂ ਡਿਸਕਸ਼ਨ ਹੁੰਦੀ ਹੈ। ਤੇ ਬਾਕੀ ਅਪਡੇਟਸ ਸਾਡੇ ਨਾਲ ਬਣੇ ਰਹੋ, ਜੁੜੇ ਰਹੋ। ਲਿਸਟ ਤੁਹਾਨੂੰ ਸਾਡੇ ਟੈਲੀਗ੍ਰਾਮ ਚੈਨਲ ਤੇ ਮਿਲ ਜਾਏਗੀ, ਲਿੰਕ ਡਿਸਕ੍ਰਿਪਸ਼ਨ 'ਚ ਆ ਟੈਲੀਗ੍ਰਾਮ ਚੈਨਲ ਦਾ। ਜੁਆਇਨ ਨਹੀਂ ਕੀਤਾ ਜੁਆਇਨ ਕਰ ਲਓ, ਤੇ YouTube ਚੈਨਲ ਵੀ ਸਬਸਕ੍ਰਾਈਬ ਕਰਕੇ ਰੱਖ ਲਓ। ਧੰਨਵਾਦ ਦੋਸਤੋ, ਸਤਿ ਸ਼੍ਰੀ ਅਕਾਲ।